ਅੱਜ ਮੈਂ ਲੈ ਕੇ ਆਈ ਹਾਂ ਕਲਾਸ UKG ਦਾ ਸੈਂਪਲ ਪੇਪਰ ਆਫ ਪੰਜਾਬੀ। ਜੇ ਤੁਹਾਡਾ ਬੱਚਾ UKG ਕਲਾਸ ਦੇ ਵਿੱਚ ਹੈ ਤਾਂ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਪੰਜਾਬੀ ਦਾ ਹਾਫ ਈਅਰਲੀ ਇਗਜ਼ਾਮ ਸਰਚ ਕਰ ਰਹੇ ਹੋ ਤਾਂ ਇਹ ਸਾਰੀ ਵਰਕਸ਼ੀਟ ਛੋਟੇ ਬੱਚਿਆਂ ਵਾਸਤੇ ਬਹੁਤ ਹੀ ਯੂਸਫੁਲ ਰਹਿਣ ਵਾਲੀਆਂ ਨੇ। ਪੂਰੀ 10 ਵਰਕਸ਼ੀਟ ਨੇ। ਇਹਨਾਂ 10 ਵਰਕਸ਼ੀਟ ਦੀ ਹੈਲਪ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਪੇਪਰ ਦੀ ਪ੍ਰੈਕਟਿਸ ਕਰਵਾ ਸਕਦੇ ਹੋ। ਡੈਫੀਨੇਟਲੀ ਬੱਚਿਆਂ ਦੇ ਬਹੁਤ ਵਧੀਆ ਨੰਬਰ ਆਉਣਗੇ। ਤਾਂ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਸ਼ਬਦ ਜੋੜ। ਬੱਚਾ ਇਹਨਾਂ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਏਗਾ, ਜਿਵੇਂ ਕੱਕਾ ਲੱਲਾ ਕੱਲ। ਬੱਚਾ ਉਰੇ ਰਾਈਟ ਕਰੇਗਾ ਕੱਕਾ ਲੱਲਾ ਕੱਲ, ਮੰਮਾ ਗੱਗਾ ਮਗ, ਮੰਮਾ ਗੱਗਾ ਮਗ, ਕਲਮ ਕੱਕਾ ਲੱਲਾ ਮੰਮਾ ਕਲਮ। ਮੰਮੀ ਦੇ ਉੱਤੇ ਲਾਈਨ ਕਦੇ ਵੀ ਨਹੀਂ ਆਉਂਦੀ ਪੰਜਾਬੀ ਦੇ ਵਿੱਚ। ਭਗਤ ਭੱਬਾ ਗੱਗਾ ਤੱਤਾ, ਭਗਤ ਬਰਗਦ ਬੱਬਾ ਰਾਰਾ ਗੱਗਾ ਦੱਦਾ ਬਰਗਦ। ਨੈਕਸਟ ਵਰਕਸ਼ੀਟ ਹੈ ਸਹੀ ਸ਼ਬਦ 'ਤੇ ਗੋਲਾ ਲਗਾਓ। ਬੱਚਿਆਂ ਨੇ ਪਹਿਲਾਂ ਇਹਨਾਂ ਸ਼ਬਦਾਂ ਨੂੰ ਪੜ੍ਹਨਾ ਅਤੇ ਜਿਹੜਾ ਸ਼ਬਦ ਸਹੀ ਹੈ ਉਸਦੇ ਉੱਤੇ ਗੋਲਾ ਲਗਾਉਣਾ। ਮਟਰ ਮਰਕ ਚਰਕ, ਮਟਰ ਕੀ ਹੈ? ਸਹੀ ਹੈ। ਬੱਚਾ ਇਸ ਤਰ੍ਹਾਂ ਗੋਲਾ ਲਗਾ ਦੇਗਾ। ਕੱਦ ਕੱਪ ਪੱਕ, ਕੱਪ ਦੇ ਉੱਤੇ ਬੱਚਾ ਇਸ ਤਰ੍ਹਾਂ ਗੋਲਾ ਲਗਾ ਦੇਗਾ। ਬਟਨ ਬਟਰ ਚਟਕ, ਜੋ ਬਟਨ ਵਰਡ ਹੈ ਉਹ ਕੀ ਹੈ? ਸਹੀ ਹੈ। ਜੱਗ ਗੱਜ ਜੰਮ, ਜੱਗ ਸ਼ਬਦ ਸਹੀ ਹੈ। ਮਰਕ ਮਗਰ ਮਸਕ, ਮਗਰ ਵੀ ਸਹੀ ਹੈ। ਚਟਕ ਚਟਕ ਵੀ ਸ਼ਬਦ ਸਹੀ ਹੈ। ਨੈਕਸਟ ਹੈਗਾ ਹੈ ਤਸਵੀਰ ਨੂੰ ਸ਼ਬਦ ਨਾਲ ਮਿਲਾਓ। ਬੱਚਿਆਂ ਨੇ ਤਸਵੀਰ ਨੂੰ ਦੇਖਣਾ ਹੈ ਅਤੇ ਸਹੀ ਸ਼ਬਦ ਦੇ ਨਾਲ ਮਿਲਾਨ ਕਰਨਾ ਹੈ, ਜਿਵੇਂ ਟੱਬ ਟੈਕਾ ਬੱਬਾ ਟੱਬ, ਮਗ ਮਗ ਗਾ ਮਗ, ਬਰਗਦ ਖੱਤ ਕੱਖਾ ਤੱਤਾ ਖੱਤ, ਪਲਕ ਪੱਪਾ ਲੱਲਾ ਕੱਕਾ ਪਲਕ। ਖਾਲੀ ਥਾਵਾਂ ਭਰੋ। ਬੱਚਿਆਂ ਨੇ ਉਰੇ ਤਸਵੀਰ ਦੇਖਣੀ ਹੈ ਅਤੇ ਖਾਲੀ ਥਾਵਾਂ ਨੂੰ ਪੂਰਾ ਕਰਨਾ, ਜਿਵੇਂ ਕੱਪ ਕੱਕਾ ਲਿਖਿਆ ਹੋਇਆ, ਬੱਚੇ ਨੇ ਉਰੇ ਪੱਪਾ ਡਾਲ ਦੇਣਾ ਕੱਪ। ਕਲਮ ਕੱਕਾ ਲੱਲਾ ਲਿਖਿਆ ਹੋਇਆ, ਬੱਚਾ ਮੰਮਾ ਪਾ ਦੇਗਾ ਕਲਮ। ਜੱਗ ਜੱਜਾ ਗੱਗਾ ਜੱਗ, ਮਟਰ ਮੰਮਾ ਟੈਕਾ ਰਾਰਾ ਮਟਰ, ਦਸ ਦੱਦਾ ਸੱਸਾ ਦਸ, ਕਲਸ਼ ਕੱਕਾ ਲੱਲਾ ਸ਼ਸ਼ਾ ਕਲਸ਼। ਨੈਕਸਟ ਵਰਕਸ਼ੀਟ ਹੈ ਤਸਵੀਰ ਵੇਖ ਕੇ ਸਹੀ ਸ਼ਬਦ ਲਿਖੋ। ਬੱਚਾ ਤਸਵੀਰ ਨੂੰ ਵੇਖੇਗਾ ਅਤੇ ਸਹੀ ਸ਼ਬਦ ਲਿਖੇਗਾ, ਜਿਵੇਂ ਘਰ ਘੱਗਾ ਰਾਰਾ ਘਰ, ਦਸ ਦੱਦਾ ਸੱਸਾ ਦਸ, ਕਮਲ ਕੱਕਾ ਮੰਮਾ ਲੱਲਾ ਕਮਲ, ਸੜਕ ਸੱਸਾ ਲਾੜਾ ਕੱਕਾ
ਸੜਕ ਨੰਨਾ ਗੱਗਾ ਰਾਰਾ ਨਗਰ ਅਚਕਨ ਆੜਾ ਚੱਚਾ ਕੱਕਾ ਨੰਨਾ ਅਚਕਨ ਨੈਕਸਟ ਹੈਗੀ ਹੈ ਵਰਕਸ਼ੀਟ ਪਹਿਲਾ ਆਉਣ ਵਾਲਾ ਅੱਖਰ ਬੱਚਿਆਂ ਨੇ ਉਰੇ ਪਹਿਲਾ ਅੱਖਰ ਲਿਖਣਾ ਹੈ ਜਿਵੇਂ ਆੜੇ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਹੈ ਊੜਾ ਈੜੀ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਹੈ ਆੜਾ ਠੱਠਾ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਹੈ ਟੈਕਾ ਜੱਜੇ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਹੈ ਛੱਛਾ ਥੱਥੇ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਹੈ ਤੱਤਾ ਫੱਫੇ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਹੈ ਪੱਪਾ ਨੈਕਸਟ ਵਰਕਸ਼ੀਟ ਹੈ ਬਾਅਦ ਵਾਲਾ ਅੱਖਰ ਲਿਖੋ ਬੱਚਿਆਂ ਨੇ ਉਰੇ ਬਾਅਦ ਵਾਲਾ ਅੱਖਰ ਲਿਖਣਾ ਹੈ ਜਿਵੇਂ ਸੱਸੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਹਾ ਹਾ ਚੱਜੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਨਈਆ ਡੱਡੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਢੱਡਾ ਦੱਦੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਧੱਦਾ ਧੱਦੇ ਦੇ ਉੱਤੇ ਹਮੇਸ਼ਾ ਲਾਈਨ ਹੁੰਦੀ ਹੈ ਨੰਨੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਪੱਪਾ ਪੱਪੇ ਦੇ ਉੱਤੇ ਲਾਈਨ ਨਹੀਂ ਹੁੰਦੀ ਵਾਵਾ ਵਾਵੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਰਾੜਾ ਨੈਕਸਟ ਵਰਕਸ਼ੀਟ ਹੈ ਦੋ ਅੱਖਰੀ ਸ਼ਬਦ ਲਿਖੋ ਬੱਚਾ ਉਰੇ ਦੋ ਅੱਖਰੀ ਸ਼ਬਦ ਲਿਖੇਗਾ ਜਿਵੇਂ ਜੱਗ ਜੱਜਾ ਗੱਗਾ ਜੱਗ ਤੱਤਾ ਰਾਰਾ ਤਰ ਰਾਰਾ ਥੱਥਾ ਰੱਥ ਸੱਸਾ ਨੰਨਾ ਸੰਨ ਨੰਨਾ ਗੱਗਾ ਨੱਗ ਕੱਕਾ ਲੱਲਾ ਕੱਲ ਨੈਕਸਟ ਵਰਕਸ਼ੀਟ ਹੈ ਤਿੰਨ ਅੱਖਰੀ ਸ਼ਬਦ ਲਿਖੋ ਬੱਚਾ ਉਰੇ ਤਿੰਨ ਅੱਖਰਾਂ ਦੇ ਸ਼ਬਦ ਲਿਖੇਗਾ ਜਿਵੇਂ ਕੱਕਾ ਮੰਮਾ ਲੱਲਾ ਕਮਲ ਜੱਜਾ ਗੱਗਾ ਤੱਤਾ ਜਗਤ ਤੱਤਾ ਰਾਰਾ ਨੰਨਾ ਤਰਨ ਨੰਨਾ ਰਾਰਾ ਮੰਮਾ ਨਰਮ ਮੰਮਾ ਟੈਕਾ ਰਾਰਾ ਮਟਰ ਨੈਕਸਟ ਵਰਕਸ਼ੀਟ ਹੈ ਚਾਰ ਅੱਖਰੀ ਸ਼ਬਦ ਲਿਖੋ ਉਰੇ ਬੱਚਾ ਚਾਰ ਅੱਖਰਾਂ ਦੇ ਸ਼ਬਦ ਲਿਖੇਗਾ ਅਜਗਰ ਅਚਕਨ ਮਖਮਲ ਮੰਮਾ ਖੱਖਾ ਮੰਮਾ ਲੱਲਾ ਮਖਮਲ ਦਮ 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 ਹਰ ਮਨ ਹਾਹਾ ਰਾਰਾ ਮੰਮਾ ਨੰਨਾ ਹਰ ਮਨ UKG ਕਲਾਸ ਦੇ ਵਿੱਚ ਪੰਜਾਬੀ ਦੇ ਵਿੱਚ ਬੱਚਿਆਂ ਨੂੰ ਊੜਾ ਆੜਾ ਹੁੰਦਾ ਦੋ ਅੱਖਰੀ ਸ਼ਬਦ ਤਿੰਨ ਅੱਖਰੀ ਸ਼ਬਦ ਅਤੇ ਚਾਰ ਅੱਖਰੀ ਸ਼ਬਦ ਇਹ ਬੱਚਿਆਂ ਨੂੰ ਹਾਫ ਈਅਰਲੀ ਇਗਜ਼ਾਮ ਦੇ ਵਿੱਚ ਸਿਲੇਬਸ ਹੁੰਦਾ ਜੇ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ